ਕਹਿੰਦਾ ਜਾਂਦਾ ਪੰਜਾਬ ਚੈਨਲ ਵੇਖ ਰਹੇ ਸਭ ਦੋਸਤਾਂ ਨੂੰ ਅਸਲਾਮ ਵਾਲੇਕੁਮ। ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਵੱਲੋਂ ਦਾ ਮੈਸੇਜ ਮਿਲੇ। ਅੱਜ ਅਸੀਂ ਤੁਹਾਨੂੰ ਜਾਮਾ ਮਸਜਿਦ ਮਾਜਰੀ 'ਚ ਲੈ ਕੇ ਆਏ ਹਾਂ ਜੀ, ਮੱਲਾ ਅੰਸਾਰੀ 'ਚ। ਇਹ ਮਸਜਿਦ ਮਾਜਰੀ ਹੈ, ਉਹਦਾ ਮੁਲਕ ਦੀ ਗੇਟ। ਮਸਜਿਦ ਮਾਜਰੀ ਮੱਲਾ ਅੰਸਾਰੀ, ਇਹ ਵੀ ਸ਼ਹਿਰ ਦੀ ਬੜੀ ਕਦੀਮ ਮਸਜਿਦ ਹੈ। ਜੈਸਾ ਕਿਹਦਾ ਨਾਂ ਤੁਸੀਂ ਜਾਣਗੇ ਹੋਵੋਗੇ, ਮਸਜਿਦ ਮਾਜਰੀ 1947 ਵੇਲੇ ਜਦੋਂ ਮੁਸਲਮਾਨ ਇਹਨਾਂ ਨੇ ਜਿਹੜਾ ਕਰਕੇ ਪਾਏ ਨੇ, ਉਹਨਾਂ ਨੇ ਮਸਜਿਦ ਬਣਾਈ ਸੀ ਅਤੇ ਇਹਦਾ ਨਾਮ ਹੀ ਉਹਨਾਂ ਮਸਜਿਦ ਮਾਜਰੀ ਨੇ ਰੱਖਿਆ। ਇਹ ਮਸਜਿਦ ਦਾ ਵਾਰਸ ਇਹ ਨੇ, ਇਹ ਕੁਝ ਸਾਲ ਪਹਿਲਾਂ ਹੀ ਦੁਬਾਰਾ ਤਮੀਰ ਹੋਈ ਹੈ ਨਵੇਂ ਸਿਰੇ ਤੋਂ। ਮਾਸ਼ਾਅੱਲਾ ਖੂਬਸੂਰਤ ਕਰਕੇ ਬਣਾਈ ਗਈ ਹੈ। ਇਹ ਸਾਹਮਣੇ ਦਾ ਆਲੇ ਅੰਦਰ ਦਾ ਮਸਜਿਦ ਮਾਜਰੀ ਦਾ ਅੰਦਰ ਦਾ ਹਾਲ ਹੈ ਜੀ। ਬੜੀ ਖੂਬਸੂਰਤ ਮਸਜਿਦ ਬਣੀ ਹੈ। ਉੱਨੀ ਸੌ 1947 ਦੇ ਟਾਈਮ ਜਦੋਂ ਤਕਸੀਮ ਹੋਈ ਹੈ, ਇਹਨਾਂ ਮੁਸਲਮਾਨ ਜਦੋਂ ਜਲਾਲਪੁਰ ਜੱਟਾਂ ਆਏ ਨੇ, ਫਿਰ ਉਹਨਾਂ ਨੇ ਇਹ ਮਸਜਿਦ ਬਣਾਈ ਹੈ। ਇਹਦਾ ਨਾਮ ਵੀ ਮਸਜਿਦ ਮਾਜਰੀ ਰੱਖਿਆ ਗਿਆ। ਬੜੀ ਖੂਬਸੂਰਤ ਕਰਕੇ ਬਣਾਈ ਗਈ ਹੈ ਮਸਜਿਦ। ਪਹਿਲੇ ਦਾ ਨਕਸ਼ਾ ਹੋਰ ਸੀ, ਦੋ ਅਲੱਗ ਅਲੱਗ ਕਮਰੇ ਸਨ, ਹੁਣ ਇੱਕੋ ਹੀ ਹਾਲ ਵੱਡਾ ਬਣਾ ਲਿਆ ਗਿਆ। ਮਸਜਿਦ ਮਾਜਰੀ ਜਲਾਲਪੁਰ ਜੱਟਾਂ, ਇਹਦਾ ਮਰਕਜ਼ੀ ਹਾਲ ਹੈ। ਜਿਸ ਤਰ੍ਹਾਂ ਪਹਿਲਾਂ ਦੱਸਿਆ, ਪਹਿਲੇ ਦੇ ਦੋ ਅਲੱਗ ਅਲੱਗ ਕਮਰੇ ਸਨ। ਇਸ ਪਾਸੇ ਵੁਜ਼ੂਖਾਨਾ ਹੁੰਦਾ ਸੀ ਅਤੇ ਇੱਧਰ ਇੱਕ ਪਾਣੀ ਦੀ ਖੂਹੀ ਹੁੰਦੀ ਸੀ, ਉਹ ਖੂਹੀ ਖਤਮ ਕਰਤੀ ਗਈ ਹੈ। ਮਸਜਿਦ ਮਾਜਰੀ ਜਲਾਲਪੁਰ ਜੱਟਾਂ, ਇਹ ਮੱਲਾ ਅੰਸਾਰੀ 'ਚ। ਪਹਿਲਾਂ ਜੁਲਾਈ ਮੱਲਾ ਵੀ ਕਹਿੰਦੇ ਹਨ, ਹੁਣ ਵੀ ਕਹਿੰਦੇ ਨੇ, ਲੇਕਿਨ ਜ਼ਿਆਦਾਤਰ ਇਹ ਮੱਲਾ ਅੰਸਾਰੀ ਦੇ ਨਾਂ ਤੋਂ ਮਸ਼ਹੂਰ ਹੈ। ਹੁਣ ਅੱਜ ਅਸੀਂ ਤੁਹਾਨੂੰ ਮਸਜਿਦ ਮਾਜਰੀ ਦਿਖਾ ਰਹੇ ਹਾਂ ਜੀ, ਮੱਲਾ ਅੰਸਾਰੀ। ਮਸਜਿਦ ਮਾਜਰੀ ਉੱਪਰ ਵੀ ਇਹਦੀ ਮੰਜ਼ਿਲ ਬਣਾਈ ਗਈ ਹੋ, ਇਹ ਸੀੜੀਆਂ ਉੱਪਰ ਜਾ ਰਹੀਆਂ ਨੇ। ਮਸਜਿਦ ਮਾਜਰੀ ਜਲਾਲਪੁਰ ਜੱਟਾਂ, ਅੱਛੀ ਲਾਂਦਾ ਜੱਟਾਂ ਪੰਜਾਬ ਚੈਨਲ 'ਤੇ ਵੇਖ ਰਹੇ ਹੋ ਜੀ। ਬੜੀ ਖੂਬਸੂਰਤ ਮਸਜਿਦ ਬਣਾਈ ਗਈ ਹੈ। ਲੋ ਜੀ, ਤੁਹਾਨੂੰ ਅਸੀਂ ਉੱਪਰਲਾ ਹਾਲ ਵੀ ਦਿਖਾ ਰਹੇ ਹਾਂ ਜੀ। ਇਹ ਉੱਪਰਲਾ ਹਾਲ ਹੈ ਜੀ। ਮਸਜਿਦ ਮਾਜਰੀ ਜਲਾਲਪੁਰ ਜੱਟਾਂ ਤੁਹਾਨੂੰ ਅਸੀਂ ਵਿਖਾ ਰਹੇ ਹਾਂ, ਲੈਂਦਾ ਜਾਂਦਾ ਪੰਜਾਬ ਚੈਨਲ 'ਤੇ। ਸ਼ਹਿਰ ਦੀ ਕਦੀਮ ਮਸਜਿਦ ਹੈ। ਦੇ ਮੌਸਮ ਇਲਾਕਿਆਂ 'ਚੋਂ ਮੁਸਲਮਾਨ ਜਿਹੜੇ ਆਏ ਨੇ, ਬਸੀ ਪਠਾਣਾ, ਅੰਮ੍ਰਿਤਸਰ, ਲੁਧਿਆਣਾ, ਹੁਸ਼ਿਆਰਪੁਰ, ਸਾਰੇ ਇਲਾਕਿਆਂ ਨੂੰ ਹਿਜਰਤ ਕਰਕੇ ਮੁਸਲਮਾਨ ਆਏ ਨੇ। ਜਿਸ ਵਕਤ ਤਕਸੀਮ ਹੋਈ ਹੈ, ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ, ਨਾਲ ਟੱਲੀ ਦਾ ਬਟਨ ਵੀ ਦਬਾਓ ਤਾਂ ਕਿ ਜਦੋਂ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੁਹਾਨੂੰ ਯੂਟਿਊਬ ਪਰ ਉਹਦਾ ਮੈਸੇਜ ਮਿਲ ਜਾਏ।